ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋਰਤ ਜਿਹੜਾ ਵੀ ਕੈਂਡੀਡੇਟ 8ਵੀਂ ਜਾਂ 10ਵੀਂ ਪਾਸਾ ਉਹ ਇਹਨਾਂ ਪੋਸਟਾਂ ਨੂੰ ਫਿਲ ਕਰ ਸਕਦਾ ਪੂਰੀ ਡਿਟੇਲ ਵਿੱਚ ਤੁਹਾਨੂੰ ਇਸ ਜੌਬ ਦੀ ਇਨਫੋਰਮੇਸ਼ਨ ਦੇਵਾਂਗਾ ਉਸ ਤੋਂ ਪਹਿਲਾਂ ਜੇ ਤੁਸੀਂ ਪੰਜਾਬ ਜੋਬਸ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਮਤਲਬ ਪੰਜਾਬ ਵਿੱਚ ਜੋ ਵੀ ਕੋਈ ਨਵੀਂ ਜੌਬ ਆਉਂਦੀ ਹੈ ਉਸ ਦੀ ਨੋਟੀਫਿਕੇਸ਼ਨ ਆਪਣੇ ਮੋਬਾਈਲ ਤੇ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਇਸ ਇੰਸਟਾਗ੍ਰam ਆਈਡੀ ਤੇ ਜਾ ਕੇ ਮੈਨੂੰ ਫੋਲੋ ਵੀ ਕਰ ਸਕਦੇ ਹੋ ਜਿਸ ਉੱਤੇ ਤੁਹਾਨੂੰ ਪੂਰੀ ਜਾਣਕਾਰੀ ਮਿਲਦੀ ਰਹੇਗੀ ਤਾਂ ਦੋਸਤੋ ਹੁਣ ਆਪਾਂ ਜੌਬ ਦੀ ਗੱਲ ਕਰੀਏ ਜੌਬ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੀ ਹੈ ਬਠਿੰਡੇ ਦੀ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਬਠਿੰਡੇ ਦੀ ਪੋਸਟਾਂ ਨੇ ਟੋਟਲ ਪੋਸਟਾਂ ਦੀ ਗੱਲ ਕਰੀਏ 21 ਪੋਸਟਾਂ ਨੇ 21 ਪੋਸਟਾਂ ਜਿਹੜੀ ਉਹ ਪੀਐਨ ਦੀ ਪੋਸਟਾਂ ਨੇ ਅਤੇ 6 ਪੋਸਟਾਂ ਨੇ ਜਿਹੜੀ ਉਹ ਪ੍ਰੋਸੈਸ ਸਰਵਰ ਦੀ ਪੋਸਟਾਂ ਨੇ ਤੇ ਪੂਰੀ ਡਿਟੇਲ ਵਿੱਚ ਅੱਗੇ نیچے ਗੱਲ ਕਰੀਏ ਤਾਂ ਜਿਹੜੀ ਪ੍ਰੋਸੈਸ ਸਰਵਰ ਦੀ ਪੋਸਟਾਂ ਨੇ ਇੱਥੇ ਕੈਟਾਗਰੀ ਦੇ ਹਿਸਾਬ ਨਾਲ ਆਪਾਂ ਪੋਸਟਾਂ ਦੀ ਵੰਡ ਦੇਖ ਸਕਦੇ ਹਾਂ ਜਨਰਲ ਵਾਸਤੇ 3 ਐਸਸੀ ਵਾਸਤੇ 1 ਹੈ ਅਦਰ ਐਸਸੀ ਵਾਸਤੇ 1 ਹੈ ਤੇ ਇਸਐਮ ਵਾਸਤੇ ਵੀ ਇੱਕ ਪੋਸਟ ਨੇ ਤੇ ਸੈਲਰੀ ਦੀ ਗੱਲ ਕਰੀਏ 10680 ਪਲੱਸ 1800 ਗ੍ਰੇਡ ਪੇਥੇ ਨਾਲ ਨਹੀਂ ਦੱਸੀ ਹੋਈ ਹੈ ਇਸ ਤੋਂ ਇਲਾਵਾ ਕੁਆਲੀਫਿਕੇਸ਼ਨ ਦੀ ਗੱਲ ਕਰੀਏ 10ਵੀਂ ਪਾਸ ਪੰਜਾਬੀ ਸਬਜੈਕਟ ਨਾਲ ਜੋ ਵੀ ਕੈਂਡੀਡੇਟ ਹੋਵੇ ਸਮੋ ਅਪਲਾਈ ਕਰ ਸਕਦਾ ਹੈ ਅਤੇ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 35 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਇਸ ਤੋਂ ਬਾਅਦ ਪੀਐਨ ਦੀ ਪੋਸਟਾਂ ਦੀ ਗੱਲ ਕਰੀਏ ਟੋਟਲ 21 ਪੋਸਟਾਂ ਨੇ ਤੇ ਜਨਰਲ ਵਾਸਤੇ ਜਿਹੜੀ 13 ਪੋਸਟਾਂ ਨੇ ਮੱਝਵੀ ਐਂਡ ਬਾਲਮਿਕ ਸੇਕ ਵਾਸਤੇ ਜਿਹੜੀ ਦੋ ਪੋਸਟਾਂ ਨੇ ਅਦਰੈਸਿਵ ਵਾਸਤੇ ਜਿਹੜੀ ਦੋ ਪੋਸਟਾਂ ਨੇ ਬਾਕੀ ਡਿਟੇਲ ਤੁਸੀਂ ਅੱਗੇ ਚੈੱਕ ਕਰ ਸਕਦੇ ਹੋ ਐਂਡ ਸੈਲਰੀ ਦੀ ਗੱਲ ਕਰੀਏ 10680 ਤੋਂ ਲੈ ਕੇ 16950 ਤੱਕ ਗ੍ਰੇਡ ਤੇ ਇੱਥੇ ਸੈਲਰੀ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਆ ਅਤੇ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਜੇ ਤੁਸੀਂ 8ਵੀਂ ਕਲਾਸ ਵਿੱਚੋਂ ਪੰਜਾਬੀ ਸਬਜੈਕਟ ਪਾਸ ਹੋ ਮਤਲਬ ਕਿ 8ਵੀਂ ਕਲਾਸ ਪਾਸ ਹੋ ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਐਂਡ ਏਜ ਲਿਮਿਟ ਹੈ ਜਿਹੜੀ 18 ਤੋਂ 35 ਸਾਲ ਦਾ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਉਹਨੂੰ ਸੋ ਆਪਾਂ ਗੱਲ ਕਰ ਲਈਨੇ ਕਿਵੇਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਤਰ੍ਹਾਂ ਦਾ ਪਰਫਾਰਮ ਆਪਾਂ ਨੂੰ ਡਾਊਨਲੋਡ ਕਰਨਾ ਸਭ ਤੋਂ ਪਹਿਲਾਂ ਜਿਹੜੀ ਪੋਸਟ ਵਾਸਤੇ ਅਪਲਾਈ ਕਰ ਰਹੇ ਆਪਾਂ ਪੀਐਨ ਜਾਂ ਪ੍ਰਸਾਦ ਸਰਪੰਦ ਦੀ ਪੋਸਟ ਵਾਸਤੇ ਅਪਲਾਈ ਕਰ ਰਹੇ ਆ ਇੱਥੇ ਆਪਾਂ ਫਿਲ ਕਰਨਾਗੇ ਆਪਣੀ ਕੈਟਾਗਰੀ ਐਸਸੀ ਐਸਟੀ ਜਨਰਲ ਜਿਹੜੀ ਵੀ ਕੈਟਾਗਰੀ ਆ ਤੁਹਾਡੀ ਇੱਥੇ ਆਪਾਂ ਲਿਖ ਲਾਂਗੇ ਐਂਡ ਇੱਥੇ ਆਪਣੀ ਇੱਕ ਫੋਟੋਗ੍ਰਾਫ ਲਗਾ ਲਾਂਗੇ ਉਸ ਤੋਂ ਬਾਅਦ ਨੇਮ ਫੋਲਰ ਨੇਮ ਡੇਟ ਆਫ ਬਰਥ ਏਜ ਕਿੰਨੇ ਸਾਲਾਂ ਦੇ ਹੋਗੇ ਤੁਸੀਂ ਕੁਆਲੀਫਿਕੇਸ਼ਨ ਆਪਣੀ ਪਰਮਨੈਂਟ ਐਡਰੈਸ ਕੋਰਸਪੋਂਡੈਂਸ ਐਡਰੈਸ ਤੇ ਮਤਲਬ ਸੇਮ ਵੀ ਇੱਥੇ ਭਰ ਦੋਗੇ ਐਡਰੈਸ ਤਾਂ ਇਹ ਚੱਲ ਜਾਵੇਗਾ ਕੋਈ ਦਿੱਕਤ ਨਹੀਂ ਆਉਂਦੀ ਤੇ ਆਪਣੀ ਨੈਸ਼ਨੈਲਿਟੀ ਇੰਡੀਅਨ ਇੱਥੇ ਆਪਾਂ ਲਿਖਣਾ ਇਸ ਤੋਂ ਬਾਅਦ ਕੰਟੈਕਟ ਜਾਂ ਈਮੇਲ ਨੰਬਰ ਇਸ ਤੋਂ ਬਾਅਦ ਐਕਸਪੀਰੀਅੰਸ ਜੇ ਤੁਹਾਡੇ ਕੋਲ ਹੈ ਕੋਈ ਤਾਂ ਲਿਖ ਦਿਓ ਨਹੀਂ ਤਾਂ ਨੋ ਲਿਖ ਦਿਓ ਤਾਂ ਵੀ ਚੱਲ ਜਾਵੇਗਾ ਇਸ ਤੋਂ ਬਾਅਦ ਕ੍ਰਿਮੀਨਲ ਕੇਸ ਤੋਂ ਦਿੱਤ ਕੋਈ ਐਫਆਈਆਰ ਹੈ ਤਾਂ ਇੱਥੇ ਯੈਸ ਜਾਂ ਨੋ ਆਪਾਂ ਲਿਖ ਕੇ ਸਿਗਨੇਚਰ ਕਰਨੇ ਆ ਜਸਟ ਆਪਣੇ ਇੱਥੇ ਸਿਗਨੇਚਰ ਕਰਨੇ ਆ ਹੁਣ ਇਹ ਪਰਫਾਰਮਾ ਫਿਲ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਆਪਣੇ ਆਈਡੀ ਪ੍ਰੂਫਸ ਦੇ ਨਾਲ ਲਗਾਉਣੇ ਨੇ ਸਭ ਤੋਂ ਪਹਿਲਾਂ ਪ੍ਰੂਫ ਆਫ ਕੁਆਲੀਫਿਕੇਸ਼ਨ ਇਸ ਆਪਣਾ ਜਿਹੜਾ 8ਵੀਂ ਜਾਂ 10ਵੀਂ ਦਾ ਸਰਟੀਫਿਕੇਟ ਇਸ ਦੇ ਨਾਲ ਲਗਾਉਣਾ ਹੈ ਡੇਟ ਆਫ ਬਰਥ ਦਾ ਪ੍ਰੂਫ ਆਪਾਂ ਇਸ ਦੇ ਨਾਲ ਲਗਾਉਣਾ ਹੈ ਇਹਨਾਂ ਦੀ ਫੋਟੋਕਾਪੀ ਲਗਾਨੀ ਆ ਹੁਣ ਕਰਨਾ ਹੈ ਕਿ ਤੁਸੀਂ ਬੁੱਕਸਟੋਰ ਤੇ ਜਾਣਾ ਹੈ ਉੱਥੇ ਆਪਾਂ ਇੱਕ ਐਨਵਲਪ ਆਉਂਦਾ ਹੈ ਆਪਾਂ ਜਦੋਂ ਵੀ ਡਾਕਖਾਨੇ ਵਿੱਚ ਕੁਝ ਪੋਸਟ ਭੇਜਦੇ ਆ ਤਾਂ ਇੱਕ ਲਿਫਾਫੇ ਵਿੱਚ ਪੈਕ ਕਰਕੇ ਭੇਜਦੇ ਆ ਹਨਾ ਉਸ ਤੋਂ ਹੁਣ ਲੈਣਾ ਹੈ ਤੇ ਉਸ ਦੇ ਪ੍ਰਿੰਟ ਫਾਰਮ ਦੇ ਨਾਲ ਇਸ ਪਰਫਾਰਮੈਂਸ ਨਾਲ ਅਟੈਚ ਕਰਕੇ ਉਸ ਵਿੱਚ ਪਾਉਣੇ ਨੇ ਆਪਾਂ ਡਾਕਖਾਨੇ ਵਿੱਚ ਜਾਣਾ ਤੇ ਸਪੀਡ ਪੋਸਟ ਕਰ ਦੇਣੀ ਆ ਇਹਨਾਂ ਦੇ ਐਸ ਦਿੱਤੇ ਹੋਏ ਪਤੇ ਉੱਪਰ ਇਹਨਾਂ ਦਾ ਦਿੱਤੇ ਹੋਇਆ ਪਤਾ ਇੱਥੇ ਉੱਪਰ ਆਪਾਂ ਦੇਖ ਸਕਦੇ ਆ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਠਿੰਡਾ ਇਸ ਪਤੇ ਉੱਪਰ ਆਪਾਂ ਸੈਂਡ ਕਰ ਦਾਂਗੇ ਕਦ ਤੇ ਇੱਕ ਗੱਲ ਹੋਰ ਤੇ ਲਾਸਟ ਡੇਟ ਕਦੋਂ ਐ ਜੀ ਇਹ ਵੀ ਆਪਾਂ ਗੱਲ ਇੱਥੇ ਕਲੀਅਰ ਕਰ ਲਈ ਨੇ ਕਦੋਂ ਤੱਕ ਇਸ ਨੂੰ ਆਪਾਂ ਵੇਚ ਸਕਦੇ ਆ 14 1 2022 5 ਵਜੇ ਤੋਂ ਪਹਿਲਾਂ ਪਹਿਲਾਂ ਇਸ ਪੋਸਟ ਨੂੰ ਆਪਾਂ ਡਾਕ ਦੁਆਰਾ ਭੇਜਣੀ ਆ ਫਿਰ ਆਪਣੀ ਪੋਸਟ ਹੈ ਜਿਹੜੀ ਉੱਥੇ ਐਕਸੈਪਟੇਬਲ ਹੋਵੇਗੀ ਤੁਹਾਡੇ ਦੋਸਤੋ ਜੇ ਇਸ ਪੋਸਟ ਦੇ ਰਿਗਾਰਡਿੰਗ ਕੋਈ ਵੀ ਹੋਰ ਇਨਫਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਜੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਵੀ ਤੁਸੀਂ ਕਰ ਸਕਦੇ ਹੋ